ਅਸੀਂ ਇੱਕ ਤੁਹਾਡੇ ਵਰਗੇ ਵੀਰਾਂ ਦੇ ਵਿਸ਼ੇਸ਼ ਧੰਨਵਾਦੀ ਹਾਂ। ਜਿਹੜਾ ਗੋਦੀ ਮੀਡੀਆ ਉਹ ਸਾਡੀ ਗੱਲ ਨਹੀਂ ਕਿਤੇ ਪਹੁੰਚਾ ਰਿਹਾ, ਆ ਸਾਡੀਆਂ ਮਾਵਾਂ ਭੈਣਾਂ 85-85 90-90 ਸਾਲ ਦੀਆਂ ਸਾਡੇ ਨਾਲ ਨੇ, ਵੱਧ ਚੱਲਣ ਦੀਵੀਆਂ ਨੇ, ਇਹ ਸਾਡੀਆਂ ਸਿੰਘਣੀਆਂ ਦੀਆਂ ਕੀ ਰੀਸ ਕਰ ਲੂਗੀ, ਉਹ ਅੰਮ੍ਰਿਤਧਾਰੀ ਸਾਡੀਆਂ ਬੀਬੀਆਂ ਨੇ ਜਿਹੜਾ ਉਹ ਇਹਨਾਂ ਸਾਡੀ ਤਾਂ ਉਹ ਮਾਨਸਿਕਤਾ ਨਹੀਂ ਜਿਹੜਾ ਉਹ ਗੰਦੇ ਲਫ਼ਜ਼ ਸਾਡੀਆਂ ਮਾਵਾਂ ਭੈਣਾਂ ਲਈ ਕਹਿੰਦੇ ਆ। ਇਸ ਲਈ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ, ਖਾਸ ਕਰਕੇ ਜਿਹੜਾ ਗੋਦੀ ਮੀਡੀਆ ਤੋਂ ਪਰੇ ਹੋ ਕੇ ਤੁਸੀਂ ਸਾਡੀ ਮਦਦ ਕਰਦੇ ਹੋ। ਦੂਜਾ ਧੰਨਵਾਦ ਅਸੀਂ ਕਰਦੇ ਹਾਂ ਹਰਿਆਣੇ ਦੇ ਲੋਕਾਂ ਦਾ, ਰਾਜਸਥਾਨ ਦੇ ਲੋਕਾਂ ਦਾ, ਜਿਨ੍ਹਾਂ ਨੇ ਸਾਨੂੰ ਰਾਹ 'ਚ ਆਉਂਦੇ ਹੋਏ ਲੰਗਰ ਦੀ ਕਮੀ ਨਹੀਂ ਆਉਣ ਦਿੱਤੀ, ਸਾਨੂੰ ਕਿਸੇ ਵੀ ਚੀਜ਼ ਦੀ ਦਿੱਕਤ ਨਹੀਂ ਆਉਣ ਦਿੱਤੀ। ਇੱਥੋਂ ਤੱਕ ਸਾਡਾ ਜਿਹੜਾ ਲੰਗਰ ਚੱਲਦਾ ਉਹਦੇ ਵਿੱਚ ਇੱਕ ਇੱਕ ਚੀਜ਼, ਮਟਰ ਲਾ ਲਓ, ਮਿਰਚਾਂ ਲਾ ਲਓ, ਤੜਕੇ ਤੱਕ ਸਮਾਨ ਸਾਨੂੰ ਦੁੱਧ ਤੱਕ ਉਹ ਪਹੁੰਚਾ ਕੇ ਜਾਂਦੇ ਆ। ਇਹ ਜਿਹੜੀਆਂ ਗੰਦੀਆਂ ਸਰਕਾਰਾਂ ਨੇ ਸਾਡੇ ਵਿੱਚ ਫੁੱਟ ਪਾਈ ਹੋਈ ਸੀ ਵੀ ਹਰਿਆਣਾ ਅਤੇ ਪੰਜਾਬ ਪਾਣੀ ਦੇ ਨਾਂ 'ਤੇ, ਰਾਜਨੀਤੀ ਦੇ ਨਾਂ 'ਤੇ, ਧੜਿਆਂ ਦੇ ਨਾਂ 'ਤੇ ਇਹਨਾਂ ਨੂੰ ਸਾਡੇ ਵੰਡ ਕੇ ਇਹਨਾਂ ਨੇ ਸਾਨੂੰ ਅੱਜ ਤੱਕ ਰਾਜਨੀਤੀਆਂ ਕੀਤੀਆਂ। ਪਰ ਅੱਜ ਇਹ ਗੱਲ ਸਾਬਤ ਹੋ ਗਈ ਹੈ ਵੀ ਪੰਜਾਬ, ਹਰਿਆਣਾ, ਰਾਜਸਥਾਨ ਇਹ ਸਾਰੇ ਕਿਸਾਨ ਇੱਕ ਨੇ, ਭਾਈਚਾਰਕ ਸਾਂਝ ਆ। ਇਹ ਗੰਦੀਆਂ ਰਾਜਨੀਤੀਆਂ ਦੀ ਭਾਈਚਾਰਕ ਸਾਂਝ ਨਹੀਂ, ਇਹ ਰਾਜਨੀਤੀ ਵਾਲੇ ਲੋਕ ਇੱਥੇ ਆ ਕੇ ਦੇਖਣ ਵੀ ਕਿਸ ਤਰ੍ਹਾਂ ਦੀ ਭਾਈਚਾਰਕ ਸਾਂਝ ਹੁੰਦੀ ਆ।